ਖੇਡਾਂ ਦੀ ਦੁਨੀਆ ਵਿੱਚੋਂ ਭਾਰਤ ਦੇਸ਼ ਲਈ ਉਤਸ਼ਾਹ ਵਾਲੀ ਖਬਰ ਇਹ ਆਈ ਹੈ ਕਿ ਭਾਰਤ ਦੀ ਮਹਿਲਾ ਜੂਨੀਅਰ ਹਾਕੀ ਟੀਮ ਨੇ ਦੇਸ਼ ਨੂੰ ਵੱਡਾ ਮਾਣ ਦਵਾਉਂਦੇ ਹੋਏ ਏਸ਼ੀਆ ਕੱਪ ਦਾ ਆਪਣਾ ਪਲੇਠਾ ਖਿਤਾਬ ਜਿੱਤਿਆ ਚਾਰ ਵਾਰ ਚੈਂਪੀਅਨ ਰਹੀ ਦੱਖਣੀ ਕੋਰੀਆ ਦੀ ਟੀਮ ਨੂੰ ਭਾਰਤੀ ਜੂਨੀਅਰ ਮਹਿਲਾ ਟੀਮ ਨੇ 2-1 ਨਾਲ ਹਰਾ ਕੇ ਇਹ ਵਿਕਾਰੀ ਖਿਤਾਬ ਜਿੱਤਿਆ ਜਾਪਾਨ ਦੇ ਕਾਕਾ ਮਿਗਹਾਰਾ ਇਲਾਕੇ ਵਿਖੇ ਖੇਡੇ ਗਏ ਇਸ ਏਸ਼ੀਆ ਕੱਪ ਦੇ ਜੂਨੀਅਰ ਮਹਿਲਾ ਮੁਕਾਬਲੇ ਵਿੱਚ ਭਾਰਤ ਨੇ ਦੱਖਣੀ ਕੋਰੀਆ ਨੂੰ ਇੱਕ ਬਿਹਤਰ ਫਸਮੇ ਮੁਕਾਬਲੇ ਵਿੱਚ ਪਛਾੜ ਕੇ ਖਤਾਬ ਜਿੱਤਿਆ ਭਾਰਤ ਲਈ ਅਨੂ ਅਤੇ ਨੀਲਮ ਨੇ ਗੋਲ ਕੀਤੇ ਜਦਕਿ ਦੱਖਣੀ ਕੋਰੀਆ ਦੇ ਇਕੋ ਇੱਕ ਗੋਲ ਸੀਯੂ ਯੋਨ ਨੇ ਕੀਤਾ ਭਾਰਤੀ ਟੀਮ ਨੇ ਆਖਰੀ ਕੁਆਟਰ ਤੱਕ ਆਪਣੀ ਬੜਤ ਨੂੰ ਬਰਕਰਾਰ ਰੱਖਦਿਆਂ ਜਿੱਤ ਦਰਜ ਕੀਤੀ ਦੱਖਣੀ ਕੋਰੀਆ ਦੀ ਟੀਮ ਨੂੰ ਪੈਨਲਟੀ ਕਾਰਨਰ ਵੱਜੋਂ ਗੋਲ ਕਰਨ ਦੇ ਕਈ ਮੌਕੇ ਮਿਲੇ ਪਰ ਉਹਨਾਂ ਦੀ ਟੀਮ ਇਸ ਦਾ ਲਾਹਾ ਨਹੀਂ ਲੈ ਸਕੇ। ਇਸ ਤੋਂ ਪਹਿਲਾਂ ਭਾਰਤ ਦੀ ਮਹਿਲਾ ਜੂਨੀਅਰ ਏਸ਼ੀਆ ਕੱਪ ਟੀਮ ਲਈ ਪਿਛਲਾ ਸਭ ਤੋਂ ਵਧੀਆ ਪ੍ਰਦਰਸ਼ਨ ਸਾਲ 2012 ਵਿੱਚ ਸਾਹਮਣੇ ਆਇਆ ਸੀ ਜਦੋਂ ਟੀਮ ਬੈਂਕਾਕ ਵਿੱਚ ਪਹਿਲੀ ਵਾਰ ਫਾਈਨਲਰ ਵਿੱਚ ਪਹੁੰਚੀ ਸੀ ਪਰ ਉਦੋਂ ਚੀਨ ਤੋਂ ਖਿਤਾਬੀ ਮੁਕਾਬਲੇ ਵਿੱਚ 5-2 ਦੇ ਫਰਕ ਨਾਲ ਹਾਰ ਗਈ ਸੀ। ਇਸ ਵਾਰ ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਉਸ ਤੋਂ ਵੀ ਕਦੋਂ ਅੱਗੇ ਜਾਂਦੇ ਹੋਏ ਪਹਿਲੀ ਵਾਰ ਏਸ਼ੀਆ ਕੱਪ ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਰਤ ਵਿੱਚ ਹੌਕੀ ਦਾ ਪ੍ਰਬੰਧ ਦੇਖਣ ਵਾਲੀ ਸੰਸਥਾ ਹੌਕੀ ਇੰਡੀਆ ਨੇ ਖਿਤਾਬ ਜਿੱਤਣ ਵਾਲੀ ਟੀਮ ਦੇ ਹਰੇਕ ਖਿਡਾਰੀ ਨੂੰ 2 ਲੱਖ ਰੁਪਏ ਨਕਦ ਦੇਣ ਅਤੇ ਟੀਮ ਦੇ ਨਾਲ ਸਹਿਯੋਗੀ ਸਟਾਫ ਦੇ ਹਰੇਕ ਮੈਂਬਰ ਨੂੰ 1-1 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ।